साका नीला तारा मौके शहादत प्राप्त करने वाले शहीद भाई महंगा सिंह बब्बर ते शहीद भाई अवतार सिंह पारोवाल दीआं तस्वीरां अज श्रोमणी कमेटी वालों सिख अजायब घर विच लगाईआं गईआं। इस मौके श्रोमणी कमेटी के प्रधान गोविंद सिंह लौंगोवाल वालों इन्हां तस्वीरां नूं सुशोभित किया गया अते इन्हां शहीदां दे परिवारां नूं सरोपा पा के सन्मानित किया गया। इस मौके गलबात करदे श्रोमणी कमेटी के प्रधान भाई गोविंद सिंह लौंगोवाल वालों जिथे इन्हां शहीदां दीआं तस्वीरां सिख अजायब घर विच सुशोभित करके श्रद्धांजलि दित्ती गई। उत्थे ही उन्होंने कहा कि भाई महंगा सिंह बब्बर साका नीला तारा के पहले शहीद होए सन अते भाई अवतार सिंह नूं उस समय गोली लगी सी। इन्हां शहीदां दी याद नूं सिख कौम कदे वी भुला नहीं सकती। अज उन्हां महान शहीदां नूं श्रद्धांजलि दिंदिआं ਉਹਨਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੁਸ਼ੋਭਿਤ ਕੀਤੀਆਂ ਗਈਆਂ ਨੇ। ਸਤਿਗੁਰੂ ਜੀ ਗੁਰਬਾਣੀ ਦੇ ਪਾਵਨ ਭਗਤ ਮਾਵਾ ਮਹਾਨ ਪਿਤਾ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਮੇਰੀ ਪੀੜ੍ਹੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਨੇ ਅਤਾਰੇ ਸ਼ਹੀਦ ਭਾਈ ਅਵਤਾਰ ਸਿੰਘ ਜੀ ਪਾਰੋਵਾਲ ਸ਼ਹੀਦ ਭਾਈ ਮਹਿੰਗਾ ਸਿੰਘ ਜੀ ਬੱਬਰ ਸਾਕਾ ਨੀਲਾ ਤਾਰਾ 1984 ਦੌਰਾਨ ਸ਼ਹਾਦਤ ਦਾ ਜਾਪ ਪੀਣ ਵਾਲੇ ਇਹਨਾਂ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਸਿੱਖ ਪੰਥ ਦੀ ਨਮਾਜ਼ਾ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਉਣ ਦਾ ਮਹਾਨ ਉਦਮ ਉਪਰਾਲਾ ਕੀਤਾ ਗਿਆ ਹੈ, ਫੈਸਲਾ ਕੀਤਾ ਗਿਆ ਹੈ। ਸਤਿਗੁਰੂ ਆਪ ਜੀ ਆਗਿਆ ਬਖਸ਼ੋ, ਇਸੇ ਹੀ ਜਾਚਨਾ ਅੰਦਰ ਸਭਾ ਦੇ ਅੰਦਰ ਸਤਿਗੁਰੂ ਜੀ ਸ਼ਬਦ ਕੀਰਤਨ ਹੋਇਆ, ਭੁੱਲਾ ਚੁੱਕਾ ਦੀ ਖੇਵਾ ਕਰਨੀ ਅੱਗੋਂ। ਅੱਜ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਜੋ 1984 ਦਾ ਸਾਕਾ ਘੱਲੂਘਾਰਾ ਦੇ ਵਿੱਚ ਮਹਾਨ ਸ਼ਹੀਦ ਹੋਏ ਨੇ, ਸਭ ਤੋਂ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਜੀ ਜਿਨ੍ਹਾਂ ਦੀ 1 ਜੂਨ ਨੂੰ ਸ਼ਹਾਦਤ ਹੋਈ ਔਰ ਉਹਨਾਂ ਦਾ ਸੰਸਕਾਰ ਵੀ ਇਸ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਕੀਤਾ ਗਿਆ, ਜਿਹਦੇ ਵਿੱਚ ਸੰਤ ਚੰਦ ਸਿੰਘ ਲੌਂਗੋਵਾਲ ਜੀ ਜੋ ਉਸ ਸਮੇਂ ਸਿੱਖ ਕੌਮ ਦੇ ਮਹਾਨ ਜਰਨੈਲ ਸਨ ਅਤੇ ਧਰਮ ਯੁੱਧ ਮੋਰਚੇ ਦੀ ਅਗਵਾਈ ਕਰ ਰਹੇ ਸਨ, ਔਰ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਉਹ ਵੀ ਸ਼ਾਮਿਲ ਹੋਏ ਸਨ। ਦੂਸਰੇ ਅਵਤਾਰ ਸਿੰਘ ਜੀ ਜਿਹੜੇ ਰਾਗੀ ਸਿੰਘ ਸਨ ਉਹਨਾਂ ਦੇ ਵੀ 1984 ਦੇ ਵਿੱਚ ਗੋਲੀ ਲੱਗ ਕੇ ਉਹ ਵੀ ਸ਼ਹੀਦ ਹੋਏ ਸਨ। ਅੱਜ ਇਹਨਾਂ ਸ਼ਹੀਦਾਂ ਦੀਆਂ ਜੇ ਤਸਵੀਰਾਂ ਨੇ ਸਿੱਖ ਅਜਾਇਬ ਘਰ ਦੇ ਵਿੱਚ ਲਾਈਆਂ ਗਈਆਂ ਨੇ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਪਤਾ ਲੱਗਦੇ ਕਿ ਇਹਨਾਂ ਨੇ ਸਾਡੇ ਆਣ ਸ਼ਾਨ ਦੇ ਲਈ ਔਰ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਰਾਖੀ ਦੇ ਲਈ ਭਾਰਤ ਸਰਕਾਰ ਦੀ ਜਿਹੜੀ ਜ਼ਾਲਮ ਉਸ ਸਮੇਂ ਦੇ ਜਿਹੜੇ ਫੌਜੀ ਸੀ ਜਾਂ ਉਹਨਾਂ ਮਿਲਟਰੀ ਸੀ ਉਹਦੇ ਨਾਲ ਲੜਦੇ ਲੜਦੇ ਸ਼ਹੀਦ ਹੋਏ ਨੇ। ਸੋ ਮੈਂ ਸਮਝਦਾ ਕਿ ਇਹ ਸਾਕਾ ਕਦੇ ਭੁਲਾਇਆ ਨਹੀਂ ਜਾ ਸਕਦਾ ਜੋ ਸ਼੍ਰੀਮਤੀ ਇੰਦਰਾ ਗਾਂਧੀ ਨੇ ਉਸ ਸਮੇਂ ਸਿੱਖਾਂ ਦੇ ਉੱਤੇ ਕੀਤਾ, ਇਹ ਜ਼ਖਮ ਜਿਹੜੇ ਸੀ ਹਮੇਸ਼ਾ ਸਾਡੇ ਰਿਸ਼ਤੇ ਰਹਿਣਗੇ। ਆਵਾਜ਼ ਕੌਮ ਟੀਵੀ ਲਈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।